ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਦੁਆਰਾ ਸਿੰਘ ਸਭਾ ਸੰਗਰੂੰਦੀ ਰੋਡ ਗਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇਖਦੇ ਹੋਏ ਲੰਗਰ ਲਗਾਇਆ ਗਿਆ। ਇਸ ਮੌਕੇ ਹਰਵਿੰਦਰ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਜਸਵੰਤ ਸਿੰਘ, ਨਰਿੰਦਰ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ, ਮੁਖਤਿਆਰ ਸਿੰਘ, ਕੀਰਤ ਸਿੰਘ, ਰਕੇਸ਼ ਕੁਮਾਰ, ਪੰਕਜ, ਕਿਸ਼ਨ ਕੁਮਾਰ, ਗ੍ਰਾਂਤੀ ਸੇਠੀ ਤੋਂ ਇਲਾਵਾ ਵੱਡੀਆਂ ਤੀਵ ਸੰਗਤ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 9 ਦਿਨ ਹੋ ਗਏ ਸਾਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਸੰਗਰੂੰਦੀ ਰੋਡ ਵੱਲੋਂ ਉੱਥੇ ਦੀ ਪ੍ਰਬੰਧਕ ਕਮੇਟੀ, ਹੋਰ ਸਾਰੇ ਸੇਵਾਦਾਰ, ਨਗਰ ਖੇੜੇ ਦੇ ਪਤਵੰਤੇ ਸੱਜਣਾਂ ਦੇ NRI ਸਹਿਯੋਗ ਨਾਲ 9 ਦਿਨ ਤੋਂ ਅਸੀਂ ਲੰਗਰ ਬਣਾ ਕੇ ਅੰਮ੍ਰਿਤਸਰ ਲੈ ਕੇ ਜਾਂਦੇ ਹਾਂ। 200-300 ਬੰਦੇ ਦਾ ਰੋਜ਼ ਇੱਥੇ ਲੰਗਰ ਤਿਆਰ ਹੁੰਦਾ ਹੈ। ਇਹ ਸਾਰਾ ਹੀ ਸੰਗਤਾਂ ਦੇ ਸਹਿਯੋਗ ਨਾਲ, ਹੋਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਅਸੀਂ ਲੰਗਰ ਜਾਰੀ ਰੱਖਾਂਗੇ। ਹੁਣ ਜੋ ਵੀ ਭਿਆਨਕ ਬਿਮਾਰੀ ਕਰੋਨਾ ਚੱਲ ਰਹੀ ਆ, ਇਹਦੇ ਮੱਦੇਨਜ਼ਰ ਰੱਖਦੇ ਹਾਂ। ਸਾਡਾ ਇਹ ਟੀਚਾ ਵੀ ਕੋਈ ਵੀ ਗਰੀਬ ਬੰਦਾ ਭੁੱਖਾ ਨਾ ਸੋਵੇ। ਜਿੰਨੀ ਸੇਵਾ ਸਾਡੇ ਕੋਲ ਹੁੰਦੀ ਆ, ਅਸੀਂ ਸੇਵਾ ਕਰਨ ਵਾਲੇ ਸੰਗਤ ਲਈ ਇੱਕ ਅਪੀਲ ਆ, ਇਹ ਹੈ ਜੋ ਵੀ ਬੰਦਾ ਬਿਨਾਂ ਕੰਮ ਤੋਂ ਬਾਹਰ ਨਾ ਫਿਰੇ, ਆਪਣੇ ਘਰਾਂ ਦੇ ਵਿੱਚ ਬੈਠ ਕੇ ਇਸ ਨਾਮਰਾਦ ਬਿਮਾਰੀ ਤੋਂ ਛੁਟਕਾਰਾ ਪਾਈਏ ਅਤੇ ਆਪਾਂ ਮੁੜ ਕੇ ਸਾਰੇ ਹੀ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ।